ਲੁਧਿਆਣੇ ਦੀ ਇਹ ਸੀਸੀਟੀਵੀ ਫੁਟੇਜ ਜ਼ਰਾ ਧਿਆਨ ਨਾਲ ਵੇਖੋ ਕਿਸ ਤਰੀਕੇ ਦੇ ਨਾਲ ਸੁੰਦਰ ਨਗਰ ਦੇ ਵਿੱਚ ਇੱਕ ਕੱਪੜਾ ਫੈਕਟਰੀ ਦੇ ਵਿੱਚ 5 ਤੋਂ 6 ਚੋਰਾਂ ਨੇ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਪੂਰੀ ਹਰਕਤ ਫੈਕਟਰੀ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਚੋਰਾਂ ਨੇ ਫੈਕਟਰੀ ਦਾ ਸ਼ਟਰ ਤੋੜ ਕੇ ਕਿਸ ਤਰੀਕੇ ਨਾਲ ਅੰਦਰ ਦਾਖਲ ਹੋਏ ਨੇ, ਸਾਰੀ ਘਟਨਾ ਕੈਦ ਹੋ ਜਾਂਦੀ ਹੈ। ਇਸ ਵਾਰਦਾਤ ਤੋਂ ਬਾਅਦ ਫੈਕਟਰੀ ਦੇ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰ ਰਹੇ ਸਿਕਿਉਰਿਟੀ ਗਾਰਡ ਵੀ ਸ਼ੱਕ ਦੇ ਦਾਇਰੇ ਦੇ ਵਿੱਚ ਨੇ। ਪੁਲਿਸ ਉਹਨਾਂ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ। ਫੈਕਟਰੀ ਮਾਲਕ ਜਗਜੀਤ ਸਿੰਘ ਨੇ ਦੱਸਿਆ ਉਹਨਾਂ ਦੀ ਫੈਕਟਰੀ ਸੁੰਦਰ ਨਗਰ ਥਾਣੇ ਦੇ ਕੁਝ ਦੂਰੀ ਤੇ ਹੀ ਹੈ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਆਸਾਨੀ ਨਾਲ ਫੈਕਟਰੀ ਤੋਂ ਬਾਹਰ ਚਲੇ ਜਾਂਦੇ ਨੇ। ਫੈਕਟਰੀ ਦੇ ਵਿੱਚੋਂ ਕੱਪੜੇ, ਨਗਦੀ ਅਤੇ ਹੋਰ ਸਮਾਨ ਵੀ ਚੋਰੀ ਹੋਇਆ। ਫੈਕਟਰੀ ਮਾਲਕ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ ਕਿਹਾ ਗਿਆ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਫੈਕਟਰੀ ਦੀ ਸੁਰੱਖਿਆ ਵਾਸਤੇ ਇੱਕ ਨਿੱਜੀ ਗਾਰਡ ਵੀ ਰੱਖਿਆ ਸੀ ਜਿਹੜਾ ਰਾਤ ਨੂੰ ਫੈਕਟਰੀ ਦੇ ਵਿੱਚ ਡਿਊਟੀ ਕਰਦਾ ਸੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਜਗਜੀਤ ਸਿੰਘ। ਜਗਜੀਤ ਜੀ, ਇੱਕ ਵੀਡੀਓ ਆਈ ਹੈ ਤੁਹਾਡੀ ਫੈਕਟਰੀ ਦੇ ਅੰਦਰ ਚੋਰੀ ਹੋਈ ਹੈ, ਕੀ ਮਾਮਲਾ ਜੀ? 6 ਬੰਦੇ ਅਣਪਛਾਤੇ ਆਏ ਸੀ, ਲਗਭਗ 5:30 ਵਜੇ ਦਾ ਟਾਈਮ ਸੀ, 21 ਤਰੀਕ ਦਿਨ ਵੀਰਵਾਰ, ਅਤੇ ਸ਼ਟਰ ਉਹਨਾਂ ਨੇ ਸੈਂਟਰ 'ਚੋਂ ਚੁੱਕਿਆ, ਬੰਦਾ ਇੱਕ ਅੰਦਰ ਭੇਜਤਾ, ਬਸ ਉਸ ਤੋਂ ਬਾਅਦ ਉਹਨੇ ਲੋਕ ਤੋੜਿਆ ਅਤੇ ਜੋ ਵੀ ਉਹਦੇ ਕੋਲ ਕੈਸ਼ ਇੱਥੇ ਪਿਆ ਸੀ ਅੰਦਰ ਉਹ ਲੈ ਗਿਆ। ਸਰ, ਨੁਕਸਾਨ ਕੀ ਹੋਇਆ, ਕੋਈ ਕੱਪੜਾ ਲੈ ਕੇ ਕੀ ਹੋਇਆ? ਦੇਖੋ, ਨੁਕਸਾਨ ਜ਼ਿਆਦਾ ਹੋ ਸਕਦਾ ਸੀ, ਅਤੇ ਮੈਂ ਹੈਰਾਨ ਇਸ ਗੱਲ ਤੋਂ ਹਾਂ ਵੀ ਰੋਡ ਦੇ ਉੱਤੇ ਕੋਈ ਮਾੜਾ ਮੋਟਾ ਗਸ਼ਤ ਪੈਟਰੋਲਿੰਗ ਹੁੰਦੀ ਤਾਂ ਬਚਾਅ ਹੋ ਸਕਦਾ ਸੀ। ਦੂਜਾ, ਮੇਰਾ ਪਰਸਨਲ ਸਿਕਿਉਰਿਟੀ ਗਾਰਡ ਰੱਖਿਆ ਹੋਇਆ ਅਤੇ ਉਹ ਪਤਾ ਨਹੀਂ ਕਿੱਥੇ ਸੀ ਕਿੱਥੇ ਨਹੀਂ, ਉਹਨੂੰ ਪੁੱਛਗਿੱਛ ਕਰ ਰਹੀ ਹੈ ਪੁਲਿਸ, ਅਤੇ ਕਾਫੀ ਨੁਕਸਾਨ ਹੋ ਸਕਦਾ ਸੀ, ਬਚਾਅ ਹੋ ਗਿਆ। ਸਕੂਟਰੀਆਂ ਸੀ, ਹੋਰ ਮੋਬਾਈਲ ਸੀ, ਜਿੰਨਾ ਕੈਸ਼ ਪਿਆ ਸੀ ਉਹ ਲੈ ਗਏ ਆ। ਸਰ, ਇਹਦੇ 'ਚ ਕੋਈ ਸੀਸੀਟੀਵੀ ਆਈ ਸਾਹਮਣੇ? ਸਾਰੀਆਂ ਸੀਸੀਟੀਵੀ ਵੀਡੀਓਜ਼ ਬਣੀਆਂ, ਭੇਜਤੀਆਂ ਸਾਰੀਆਂ ਉਹਨਾਂ ਨੇ। ਅਤੇ ਇਹਦੇ ਵਿੱਚ ਕਿਹੜਾ ਥਾਣਾ ਪੈਂਦਾ ਜੀ, ਕਿੱਥੇ ਕਰਕੇ ਹੋਈ ਹੈ? ਥਾਣਾ ਇਹ ਨਾਲ ਹੀ ਦਰੇਸੀ ਥਾਣਾ, ਸੁੰਦਰ ਨਗਰ। ਠੀਕ ਹੈ ਜੀ। ਅਤੇ ਤੁਹਾਡੀ ਫੈਕਟਰੀ ਤੋਂ ਥਾਣਾ ਕਿੰਨੇ ਕੁ ਕਿਲੋਮੀਟਰ ਦੀ ਦੂਰੀ? ਕਿਲੋਮੀਟਰਾਂ 'ਚ ਨਹੀਂ, ਇਹ ਮੀਟਰਾਂ 'ਚ ਹੀ ਹੈ, ਨੇੜੇ ਹੀ ਹੈ, ਜ਼ਿਆਦਾ ਦੂਰ ਨਹੀਂ ਹੈਗਾ। ਨੇੜੇ ਹੀ ਹੈ। ਅਤੇ ਪੁਲਿਸ ਇਸ ਮਾਮਲੇ 'ਚ ਕਹਿ ਰਹੀ ਦੀ ਕਾਰਵਾਈ ਕਰ ਰਹੀ ਹੈ? ਬਿਲਕੁਲ ਬਿਲਕੁਲ, ਕਾਰਵਾਈ ਕਰ ਰਹੀ ਹੈ। ਅਤੇ ਜਿਹੜਾ ਸਿਕਿਉਰਿਟੀ ਗਾਰਡ ਹੈ ਉਹ ਉਸ ਸਮੇਂ ਡਿਊਟੀ 'ਤੇ ਸੀਗਾ ਜਾਂ ਨਹੀਂ ਸੀ? ਦੇਖੋ, ਉਹ ਤਾਂ ਡਿਊਟੀ 'ਤੇ ਹੀ ਸੀ, ਪਰ ਉਹ ਡਿਊਟੀ ਤੋਂ ਹਟ ਕੇ ਇੱਧਰ ਉੱਧਰ ਕਿਤੇ ਗਿਆ ਸੀ ਜਾਂ ਉਸ ਸਮੇਂ ਸੌ ਗਿਆ ਸੀ ਉਹ ਨਹੀਂ ਪਤਾ। ਅਤੇ ਕਿੰਨੇ ਕੁ ਵਜੇ ਦਾ ਟਾਈਮ ਸੀ ਜਦੋਂ ਚੋਰੀ? 5:30 ਵਜੇ ਸਵੇਰੇ। 5:30 ਸਰ, ਇਹ ਰੋਡ ਕਾਫੀ ਚੱਲਦੀ ਆ, ਫੈਕਟਰੀਆਂ ਕਾਫੀ ਐਸੀ ਹੈ, ਤੇ ਲੱਗਦਾ ਨਹੀਂ ਕਿ ਇੰਡਸਟਰੀ ਤੋਂ ਸੁਰੱਖਿਅਤ ਨਹੀਂ ਰਹੇ? ਦੇਖੋ, ਇਹ ਚੀਜ਼ ਤਾਂ ਹੈਗਾ ਹੀ ਆ ਵੀ ਦੇਖਣਾ ਚਾਹੀਦਾ, ਖੁੱਲ੍ਹਾ ਰੋਡ ਹੈ, ਮੇਨ ਰੋਡ ਦੇ ਉੱਤੇ ਚੋਰੀ ਹੋ ਰਹੀ ਹੈ, ਰੋਡ ਬਹੁਤ ਚੱਲਦਾ, ਇੰਨੀ ਆਵਾਜਾਈ ਦੇ ਬਾਵਜੂਦ ਚੋਰੀ ਹੋਈ ਹੈ ਨਾ, ਇਹਦਾ ਵਿਸ਼ਾ ਤਾਂ ਹੈਗਾ, ਗੰਭੀਰ ਵਿਸ਼ਾ, ਸੋਚਣਾ ਪੈਣਾ ਇਹਦੇ ਬਾਰੇ। ਲੁਧਿਆਣਾ ਲਾਈਵ ਲਈ ਨਿਤਿਨ ਪੰਡਿਤ ਦੀ ਰਿਪੋਰਟ।